पंजाब दे पिंडां ते कहर टैणा हो गया शुरू। टुट गया चांदपुरे वाला बन ते हुण रब ही है लोकां दा राखा। आ देख लो तस्वीरां दे विच तुसीं देख सकदे हो भी जिथे लगातार तीन चार दिनां तों बन लगा के बैठे सी तां उह बन टुट गया ते मिट्टी भी जिहड़ी खिसकणी शुरू हो गई ते लगातार हुण लोकां दे विच सहम दा माहौल है। लोक पिंड दे पिंड खाली करके घरां दे विचों समान चक के निकल चुके ने ते शहरां दे विच ਵੱਧ ਗਏ ਨੇ ਅਤੇ ਉੱਥੇ ਜਾ ਕੇ ਰਵਾਂਗੇ ਕਿਉਂਕਿ ਲਗਾਤਾਰ ਪਾਣੀ ਜਿਹੜਾ ਹੈ ਉਹ ਪਿੰਡਾਂ ਦੇ ਵਿੱਚ ਦਾਖਲ ਹੋਣਾ ਸ਼ੁਰੂ ਹੋ ਗਿਆ ਅਤੇ 100 ਦੇ ਕਰੀਬ ਪਿੰਡਾਂ ਦਾ ਨੁਕਸਾਨ ਹੋਣਾ ਇਸ ਪਾਣੀ ਦੇ ਨਾਲ ਅਤੇ ਵੱਡਾ ਸੰਕਟ ਸੀ ਜਿਹੜਾ ਹੁਣ ਪੰਜਾਬ ਦੇ ਮਾਨਸਾ ਦੇ ਪਿੰਡਾਂ ਦੇ ਉੱਪਰ ਢਹਿ ਗਿਆ ਅਤੇ ਉਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਟੁੱਟਿਆ ਬੰਨ ਕਿਵੇਂ ਸਾਫ਼ ਦਿਖਾਈ ਦਿੰਦਾ ਕਿ ਪੂਰੇ ਤੇਜ਼ ਵਹਾਅ ਦੇ ਨਾਲ ਘੱਗਰ ਦਾ ਪਾਣੀ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਐਂਟਰ ਕਰਨਾ ਸ਼ੁਰੂ ਹੋ ਗਿਆ ਅਤੇ ਪੰਜਾਬ ਦੇ ਪਿੰਡਾਂ ਦਾ ਹੁਣ ਨੁਕਸਾਨ ਹੋਵੇਗਾ। ਜਿਸ ਨੁਕਸਾਨ ਤੋਂ ਪੰਜਾਬ ਦੇ ਲੋਕ ਡਰ ਰਹੇ ਸੀ ਹੁਣ ਪੰਜਾਬ ਦੇ ਲੋਕਾਂ ਨੂੰ ਇਸ ਮੁਸੀਬਤ ਨਾਲ ਨਜਿੱਠਣਾ ਪਏਗਾ, ਲੜਨਾ ਪਏਗਾ ਅਤੇ ਤਿਆਰ ਹੋਣਾ ਪਏਗਾ ਇਸ ਪਾਣੀ ਅਤੇ ਕੁਦਰਤ ਦੇ ਕਹਿਰ ਤੋਂ ਲੜਨ ਦੇ ਲਈ। ਅਤੇ ਆਹ ਤਸਵੀਰਾਂ ਦੇਖ ਸਕਦੇ ਹੋ ਕਿੰਨੇ ਤੇਜ਼ ਵਹਾਅ ਦੇ ਨਾਲ ਪੰਜਾਬ ਦੇ ਪਿੰਡਾਂ ਵੱਲ ਵੱਧਦਾ ਹੋਇਆ ਪਾਣੀ ਹੁਣ ਪੰਜਾਬ ਦੇ ਪਿੰਡਾਂ ਦਾ ਨੁਕਸਾਨ ਕਰਨ ਦੇ ਲਈ ਤਿਆਰ ਹੈ। ਘੱਗਰ ਦਾ ਪਾਣੀ ਪਿੰਡਾਂ ਦੇ ਵਿੱਚ ਵੜ ਰਿਹਾ ਅਤੇ ਲਗਾਤਾਰ ਨੁਕਸਾਨ ਕਰ ਰਿਹਾ। ਤਸਵੀਰਾਂ ਬਹੁਤ ਹੀ ਜ਼ਿਆਦਾ ਡਰਾ ਦੇਣ ਵਾਲੀਆਂ ਨੇ ਕਿਉਂਕਿ ਜਿਸ ਹਿਸਾਬ ਨਾਲ ਇਹ ਮਿੱਟੀ ਖਿਸਕ ਰਹੀ ਹੈ ਤਾਂ ਲੋਕਾਂ ਨੇ ਵੀ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ ਅਤੇ ਲੋਕਾਂ ਦੇ ਪਿੱਛੇ ਹਟਣ ਦਾ ਕਾਰਨ ਇਹੀ ਹੈ ਕਿਉਂਕਿ ਪੁਲਿਸ ਮੁਲਾਜ਼ਮ ਜੋ ਉੱਥੇ ਖੜ੍ਹੇ ਸੀ ਉਹਨਾਂ ਨੇ ਵੀ ਪਿੱਛੇ ਆਉਣਾ ਸ਼ੁਰੂ ਕੀਤਾ ਅਤੇ ਲੋਕਾਂ ਨੂੰ ਵੀ ਪਿੱਛੇ ਹਟਾਉਣਾ ਸ਼ੁਰੂ ਕਰ ਦਿੱਤਾ ਕਿ ਰੱਬ ਆਸਰੇ ਛੱਡ ਦਿੱਤਾ ਜਾਵੇ ਕਿਉਂਕਿ ਜੇ ਉਹ ਕੋਸ਼ਿਸ਼ ਲਗਾਤਾਰ 3 ਦਿਨਾਂ ਤੋਂ ਪਿੰਡ ਵਾਲੇ ਕਰ ਰਹੇ ਸੀ ਉਹ ਕੋਸ਼ਿਸ਼ ਜਿਹੜੀ ਸੀ ਅਸਫਲ ਹੋ ਗਈ ਅਤੇ ਪਿੰਡਾਂ ਦੇ ਵਿੱਚ ਹੁਣ ਇਹ ਪਾਣੀ ਦਸਤਕ ਦੇ ਰਿਹਾ। ਲੋਕਾਂ ਦੇ ਘਰਾਂ ਤੱਕ ਜਾਏਗਾ, ਲੋਕਾਂ ਦੇ ਖੇਤਾਂ ਤੱਕ ਜਾਏਗਾ ਅਤੇ ਪਿੰਡ ਖਾਲੀ ਹੋਣ ਸ਼ੁਰੂ ਹੋ ਗਏ ਨੇ। ਲੋਕਾਂ ਨੇ ਆਪਣੇ ਸਮਾਨ ਚੁੱਕ ਕੇ ਸ਼ਹਿਰ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ। ਤਸਵੀਰਾਂ ਬਹੁਤ ਹੀ ਜ਼ਿਆਦਾ ਡਰਾ ਦੇਣ ਵਾਲੀਆਂ ਨੇ ਕਿਉਂਕਿ ਜਦੋਂ ਅਜਿਹੀ ਆਫਤ ਪੈਂਦੀ ਹੈ ਤਾਂ ਲੋਕਾਂ ਦੇ ਘਰ ਉੱਜੜ ਜਾਂਦੇ ਨੇ। ਘਰਾਂ ਦੇ ਵਿੱਚ ਜਦੋਂ ਪਾਣੀ ਵੜਦਾ ਤਾਂ ਛੱਤਾਂ ਤੱਕ ਡਿੱਗ ਜਾਂਦੀਆਂ ਨੇ। ਉਹਨਾਂ ਗਰੀਬ ਪਰਿਵਾਰਾਂ ਦਾ ਨੁਕਸਾਨ ਹੁੰਦਾ ਜਿਨ੍ਹਾਂ ਨੇ ਤਿਣਕਾ ਤਿਣਕਾ ਕਰਕੇ ਆਪਣੇ ਘਰ ਬਣਾਏ ਹੁੰਦੇ ਨੇ। ਪਰ ਅੱਜ ਇਹ ਨੁਕਸਾਨ ਵੱਡਾ ਇਸ ਕਰਕੇ ਹੋ ਰਿਹਾ ਕਿਉਂਕਿ ਕਿਤੇ ਨਾ ਕਿਤੇ ਪਿੰਡ ਵਾਲੇ ਕਹਿ ਰਹੇ ਨੇ ਵੀ NDRF ਦੀਆਂ ਟੀਮਾਂ ਹੁੰਦੀਆਂ ਤਾਂ ਕਾਸ਼ ਇਹ ਬੰਨ ਨਾ ਟੁੱਟਦਾ ਅਤੇ ਇਹ ਘੱਗਰ ਦਾ ਪਾਣੀ ਪੰਜਾਬ ਦੇ ਵਿੱਚ ਨਾ ਐਂਟਰ ਹੁੰਦਾ। ਤਾਂ ਹੁਣ ਸਭ ਤੋਂ ਪਹਿਲਾਂ ਤਾਂ ਇਹੀ ਕਹਾਂਗੇ ਵੀ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਵਾਹਿਗੁਰੂ ਕਮੈਂਟਾਂ ਦੇ ਵਿੱਚ ਲਿਖ ਦਿਓ ਕਿਉਂਕਿ ਕੁਦਰਤ ਦੀ ਆਫਤ ਨੂੰ ਅਸੀਂ ਪਰਮਾਤਮਾ ਦੀ ਅੱਗੇ ਅਰਦਾਸ ਕਰਕੇ ਹੀ ਵਾਪਸ ਕਰ ਸਕਦੇ ਹਾਂ ਤਾਂ ਜੋ ਲੋਕਾਂ ਦਾ ਬਚਾਅ ਹੋ ਸਕੇ। ਦੇਖ ਸਕਦੇ ਹੋ ਤੁਸੀਂ ਕਿਵੇਂ ਲੋਕ ਟਰਾਲੀਆਂ ਭਰ ਭਰ ਵਾਪਸ ਪਿੰਡਾਂ ਤੋਂ ਸ਼ਹਿਰ ਵੱਲ ਨੂੰ ਜਾ ਰਹੇ ਨੇ ਅਤੇ ਬਹੁਤ ਅੱਕ ਚੁੱਕੇ ਨੇ ਇਸ ਚੀਜ਼ ਤੋਂ ਕਿ ਲਗਾਤਾਰ 4 ਦਿਨਾਂ ਤੋਂ ਜਿਹੜੀ ਕੋਸ਼ਿਸ਼ ਕਰ ਰਹੇ ਸੀ ਉਸ ਦੇ ਵਿੱਚ ਕਿਸੇ ਨੇ ਸਹਿਯੋਗ ਨਹੀਂ ਦਿੱਤਾ ਅਤੇ ਜਿਸ ਕਾਰਨ ਇਹ ਬੰਨ ਟੁੱਟ ਗਿਆ ਅਤੇ ਲੋਕਾਂ ਦਾ ਨੁਕਸਾਨ ਹੋ ਰਿਹਾ। ਹੁਣ ਤੁਸੀਂ ਵੀ ਸੁਣੋ ਕੀ ਕੁਝ ਕਿਹਾ। ਨਾ ਉਹ ਕਿਸੇ ਮੰਤਰੀ ਨੇ ਜਿਹੜਾ ਮਾਰਿਆ, ਨਾ ਕਿਸੇ ਨੇ ਸਰਕਾਰ ਨੇ ਸਾਡੀ ਸਾਰ ਲਈ। ਜਦੋਂ ਬੰਨ ਟੁੱਟ ਗਿਆ ਸਾਡੇ ਪਾਸ ਤੋਂ ਪੈਟਰੋਲ ਤੇ ਕੰਟਰੋਲ ਹੋ ਗਿਆ, ਹੁਣ ਅਸੀਂ ਅੱਕ ਕੇ ਆਪਣੇ ਘਰਾਂ ਨੂੰ ਚੱਲੇ ਹਾਂ। ਰੱਬ ਆਸਰੇ ਛੱਡਤਾ, ਰੱਬ ਆਸਰੇ ਛੱਡਤਾ ਜੀ। ਹੁਣ ਤਾਂ ਜਦੋਂ ਸਾਨੂੰ ਕਿਸੇ ਸਰਕਾਰ ਨੇ ਸਾਥ ਹੀ ਨਹੀਂ ਦਿੱਤਾ ਜੀ, ਸਾਨੂੰ 3-4 ਦਿਨ ਹੋ ਗਏ ਖਪਦਿਆਂ ਨੂੰ। ਪੰਜਾਬ ਦੇ ਯੂਥ, ਬਜ਼ੁਰਗ, ਜਿੰਨੇ ਵੀ ਲੋਕ, ਕਿਸਾਨ, ਮਜ਼ਦੂਰ, ਜਿੰਨੇ ਆਪਣੇ ਘਰਾਂ ਨੂੰ ਦੀ ਉਹ ਆਈ ਸੀ ਇੱਥੇ, ਹੋਰ ਕੋਈ ਨਹੀਂ ਆਇਆ। ਲੀਡਰ ਜਿੰਨੇ ਆਏ ਸੀ, ਰੋਟੀਆਂ ਫੇਰ ਫੇਰ ਸਾਰੇ ਪੁੱਠੇ ਮੁੜ ਗਏ, ਫੋਟੋਆਂ ਖਿੱਚੀਆਂ ਗਈਆਂ ਦੇ ਨਾਲ ਕੇ ਕਸਮ ਜਮੀ ਦਿਖਾਵਾ ਕਰਕੇ ਗਏ ਨੇ। ਇੱਕ ਤਰ੍ਹਾਂ ਦਾ ਪੰਜਾਬ ਦਾ ਯੂਥ, ਹਰਿਆਣਾ ਦਾ ਯੂਥ, ਜਿੰਨੇ ਵੀ ਮਤਲਬ ਮਜ਼ਦੂਰ ਸੀਗੇ ਉਹ ਵੀ ਇੱਥੇ ਆਏ ਨੇ। ਕਹੀਏ ਕਹਿ ਕਹਿ ਕੇ ਥੱਕੇ ਜਾਣੇ ਨੇ, ਥੱਕ ਗਏ ਬਈ। ਲੋਕਮੈਂਟਾਂ ਹੋਈਆਂ ਤਾਂ ਲੋਕ ਆਏ, ਤਾਂ ਇੰਨਾ ਟਾਈਮ ਬਚੇ ਰਹੇ ਨਹੀਂ, ਇੰਨਾ ਟਾਈਮ ਵੀ ਕੋਈ ਨਹੀਂ ਖੜਦਾ ਜੀ। ਬਸ ਹੁਣ ਕਿਤੇ ਰੋਡਾ ਨੁਕਸਾਨ ਆ, ਹੁਣ ਕੀ ਹੋ ਰਿਹਾ? ABC ਦੇ ਦਿਓ ਸਾਨੂੰ, ਕੋਈ ਹੈਲਡਰ ਵਗੈਰਾ ਦੇ ਦਿਓ ਸਾਨੂੰ, ਉਹਦੇ ਕੋਈ ਜਾਲ ਵਗੈਰਾ ਭੇਜ ਦਿਓ, ਪਰ ਸਾਡੀ ਕਿਸੇ ਸਰਕਾਰ ਨੇ ਨਹੀਂ ਸੁਣੀ। ਇਹ ਆਪਣੇ ਹੁਣ ਨੁਕਸਾਨ ਕੀਤਾ ਹੈਗਾ, ਇਹ ਅਸੀਂ ਆਪਣੇ ਪੱਤਰ ਤੇ ਆਪ ਲੈ ਕੇ ਆਏ ਹਾਂ। 85 ਪਿੰਡ ਮਰਨੇ ਨੇ, ਕਿੰਨੇ? ਅਸੀਂ 85 ਪਿੰਡ ਮਰਨੇ ਨੇ। ਇਸ ਬੰਨ ਟੁੱਟਣ ਨਾਲ 85 ਪਿੰਡਾਂ ਦਾ ਨੁਕਸਾਨ ਹੈ ਇੱਥੇ। ਮੋਫਰ ਸੰਤਲੀ ਤਨੀਰ ਤੱਕ ਜਾ ਕੇ ਨੁਕਸਾਨ ਕਰਦੇ ਜੀ ਇਹ। ਪਾਣੀ ਕਿੰਨਾ ਕਿੰਨਾ ਹੋ ਚੁੱਕਿਆ, ਕਿੰਨਾ ਪਾਣੀ ਆ ਗਿਆ? ਪਾਣੀ ਤਾਂ ਅਨੁਮਾਨ ਹੀ ਨਹੀਂ ਰਿਹਾ, ਬੇਅਨੁਮਾਨ ਪਾਣੀ ਹੋ ਗਿਆ। ਸਰਕਾਰਾਂ ਨੇ ਹੋਰ ਨੀਤੀ ਸੁਣੋ, ਜਿਹੜੇ ਅਸਰ ਪੰਜਾਬ ਦੇ ਲੋਕ ਆ ਰਹੇ ਸੀ ਹੱਸਦੇ ਖੜ ਕੇ ਚਲਾਨ ਕਰਨ ਲੱਗੇ ਉਹਨਾਂ ਦਾ, ਤਾਂ ਕਿ ਬੰਨ ਦੇ ਨਾ ਆਉਣ ਜਾਣ। ਕੀ ਗੱਲ, ਇਹ ਸਰਕਾਰ ਦੀ ਨੀਤੀ ਹੁੰਦੀ ਹੈ, ਉੱਥੇ ਜਾ ਕੇ ਜਿਹੜੇ ਪੰਜਾਬ ਦੇ 3 ਜਣਿਆਂ ਨੂੰ ਚਲਾਨ ਕਰ ਦਿਓ, ਪਟਾਰੀਆਂ ਦੀ ਚਲਾਨ ਕਰ ਦਿਓ, ਉੱਥੇ ਖੜੇ ਚਲਾਨ ਕਰੀ ਗਏ ਬਈ। ਹਰਿਆਣਾ ਪੁਲਿਸ ਦੀ ਇਹ ਜਿਹੜੀ ਉੱਥੇ ਖੜੇ ਚਲਾਨ ਕਰਨ ਲੱਗ ਰਹੀ ਸੀ, ਲੋਕਾਂ ਨੂੰ ਰੋਕ ਰਹੇ ਸੀਗੇ। ਦਫ਼ਤਰ ਪੂਰਾ ਭੱਜ ਗਏ ਨੇ ਬਈ, ਇੱਥੇ ਕੱਲ੍ਹ ਵੀ ਬੰਨ ਪੌੜਾਂ ਗਏ, ਪੂਰਾ ਪ੍ਰਭਾਵ ਪਾਇਆ ਉਹਨਾਂ ਨੇ ਆਪਦਾ ਪ੍ਰਸ਼ਾਸਨ ਨੇ। ਨੁਕਸਾਨ ਤੁਹਾਡਾ ਕਿੰਨਾ ਹੋ ਗਿਆ ਇੱਥੇ ਦੀ ਜਗ੍ਹਾ ਦੀ? ਨੁਕਸਾਨ ਆ, ਦੇਖੋ ਜੀ ਕਿੱਥੇ ਲੱਗਦੀ ਹੈ, ਸਾਰੇ ਨੁਕਸਾਨ ਹੈ ਬਈ। ਬਸਮਾਂ ਸਭ ਤੋਂ ਜ਼ਿਆਦਾ ਨੁਕਸਾਨ, ਚਾਰਾ ਮਰ ਗਿਆ, ਉਹਨਾਂ ਨੂੰ ਕਿੱਥੋਂ ਲਿਆਵਾਂਗੇ? ਦੇਖਣਾ ਇੱਥੇ ਫਸਲਾਂ ਜਿਹੜੀ ਗਈਆਂ, ਹੁਣ ਪਿੰਡ 'ਚ ਦੇਖ ਰਹੇ ਜਾ ਕੇ ਆਪਦਾ ਪਿੰਡ ਬਚਾਉਣੇ ਆ। ਹਾਂਜੀ, ਹਾਲਾਤ ਦੇਖ ਸਕਦੇ ਹੋ, ਬਾਈਆਂ ਦੇ ਮੂੰਹ ਦੇਖ ਲਓ ਕਿੰਨੇ ਭਾਵੁਕ ਆ। ਸਰਕਾਰ ਨੂੰ ਚਾਹੀਦਾ ਇੱਥੇ NDRF ਟੀਮਾਂ ਭੇਜੇ, ਕਿਉਂਕਿ ਅਸੀਂ ਦਿਨ ਰਾਤ ਸਾਰੇ 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 ਪਰਿਵਾਰ ਮਿਹਨਤ ਨਹੀਂ ਪੱਲੇ ਪਈ, ਕੋਈ ਮਿਹਨਤ ਪੱਲੇ ਨਹੀਂ ਪਈ ਸਾਡੇ। ਸਾਨੂੰ ਸਹਿਯੋਗ ਨਹੀਂ ਮਿਲਿਆ, ਸਹਿਯੋਗ ਮਿਲਦਾ ਤਾਂ ਅਸੀਂ ਬਹੁਤ ਕੁਛ ਕਰ ਲੈਂਦੇ। ਸਾਡੇ ਕੋਲ ਹੈ ਹੀ ਨਹੀਂ ਸੀ ਕੁਛ, ਹੱਥਾਂ ਦੇ ਹੱਥ ਸੀਗੇ। ਸਾਨੂੰ ਕੋਈ ਪਾਵਰ ਲਾਈਨ ਵਗੈਰਾ ਭੇਜਦੇ, JCBਆਂ ਭੇਜਦੇ, ਕੋਈ ਜਾਲ ਵਗੈਰਾ ਭੇਜਦੇ,
कोई NRFD की टीम आ जाती असं उन्होंने सहयोग देंगे कम करते अपने पलों तेल मचाए अपने ट्रैक्टर तोड़े भुखण पाने इतने हूँ रख के चलें अं लोगों ने बहुत मदद की नौजवान मुंडे ने बहुत सेवा की है पर जो प्रशासन है सानू वह नहीं साथ दे रहा जिदन का पानी आने लगे पहला भी वीर दस रहे की दिक्कत आ रही है जी प्रशासन की नहीं कर रहा दी सानू उन्होंने दस दिन हो गए पूरे जिदन का पानी आया असि उदन की मांग करी फौज मंगी है फौज नहीं दे रहे हूँ फौज इंडिया दी टीमां चाहिए टीमां चाहिए वो जाल लाउन फिर जाके नक्का बजने बाई देनी अज 40 पिंड इहे डुबणगे प्रधान जी किन्ना किन्ना वड्डा पहाड़ हो चुका हुण ओह 50 फुट हो गया जी 40 फुट डूंगा 40 फुट डूंगा हाँ मूहरे नौजवान मुंडे सवेर दे लगे आ 4 बजे 5 बजे दे पर इन्हां ने प्रशासन ने सानू कोई साथ नहीं दित्ता हुण मगरों आके पुलिस भी आके आओ जी पिछे हटो जी आओ हटो हुण मुंडे गट्टे चक चक कर जांदे आ बेइज्जती करदे नौजवान मुंडे एडे लगे होए सवेर दे 4 बजे दे लगे आ देख लो 11 12 बज गए हुण जदों नहीं बस हो गई हो गया साडी बस हो गई इस करके असीं आके वापस बैठे प्रधान जी दा कहणा गा ਇਥੋਂ ਦੇ ਘਟ ਸਕਦੇ ਸੀ ਪਰ ਜੋ ਸਰਕਾਰਾਂ ਨੇ ਸੋਚ ਰੱਖਿਆ ਵੀ ਪੰਜਾਬ ਨੂੰ ਆਪਾਂ ਤਬਾਹ ਹੀ ਕਰਨਾ ਪੰਜਾਬ ਬਾਰੇ ਸਰਕਾਰ ਕੋਈ ਨਹੀਂ ਸੋਚ ਰਹੀ ਹਾਲੇ ਤੱਕ ਜੋ ਰਾਜਸਥਾਨ ਵਾਲੀਆਂ ਨਹਿਰਾਂ ਨੇ ਜਾਂ ਹਰਿਆਣੇ ਵਾਲੀਆਂ ਨਹਿਰਾਂ ਨੇ ਉਹ ਬੰਦ ਕਰ ਰੱਖੀਆਂ ਨੇ ਪੰਜਾਬ ਦੇ ਵਿੱਚ ਹੜਾਂ ਦਾ ਰੂਪ ਬਣਾ ਕੇ ਸਰਕਾਰਾਂ ਮੌਜ ਨਾਲ ਆਪਣੇ ਹੱਥ ਥੱਲੇ ਹੱਥ ਧਰ ਕੇ ਬੈਠੀਆਂ ਨੇ ਅਤੇ ਕਿਸਾਨਾਂ ਬਾਰੇ ਜਾਂ ਲੋਕਾਂ ਬਾਰੇ ਕੋਈ ਨਹੀਂ ਸੋਚ ਰਹੀ ਹਾਲੇ ਤੱਕ ਤੇ ਪਿੱਛੋਂ ਪਾਣੀ ਘਟਣ ਦੀ ਵੀ ਕੋਈ ਗੱਲ ਨਹੀਂ ਲੱਗਦੀ ਕੋਈ ਸੰਭਾਵਨਾ ਨਹੀਂ ਹਲੇ ਤਾਂ ਬਹੁਤ ਵੱਡਾ ਪਹਾੜ ਪੈ ਰਿਹਾ ਪੁਲਿਸ ਪ੍ਰਸ਼ਾਸਨ ਲਾਦਾ ਹੁਣ ਉੱਥੇ ਉਹ ਅੱਗੇ ਨਹੀਂ ਜਾਣ ਦੇ ਰਹੇ ਲੋਕਾਂ ਨੂੰ ਕਹਿ ਰਹੀ ਆ ਵੀ ਵਾਪਸ ਮੁੜੋ ਜੋ ਲੋਕ ਦੇਖਣਾ ਚਾਹੁੰਦੇ ਪਰ ਲੋਕ ਹੀ ਤਾਂ ਫਿਰ ਬੰਦ ਕਰਨਗੇ ਕਿਉਂਕਿ ਹੋਰ ਤਾਂ ਕੋਈ ਹੱਲ ਹੀ ਨਹੀਂ ਲੋਕ ਬਹੁਤ ਜਦੋਂ ਜਹਿਦ ਕਰ ਰਹੇ ਨੇ ਰਾਤ ਦੇ ਜਦੋਂ ਜਹਿਦ ਕਰ ਰਹੇ ਸੀ ਹੁਣ ਜਦੋਂ ਬੇਵਸਾ ਕੰਮ ਹੋ ਗਿਆ ਪਹਾੜ ਬਹੁਤ ਵੱਡਾ ਪੈ ਗਿਆ ਤਾਂ ਹੁਣ ਉਹਦੇ ਵਿੱਚ ਕਿਸੇ ਦਾ ਕੋਈ ਜ਼ੋਰ ਨਹੀਂ ਪੁੱਕ ਰਿਹਾ ਕਿੰਨੇ ਕੁ ਫੁੱਟ ਪਹਾੜ ਪਿਆਗਾ ਉਹ ਫੁੱਟ ਮਤਲਬ 20 ਫੁੱਟ ਦੇ ਵੱਧੇ ਹੋ ਗਿਆ ਉਹ 20 ਤੋਂ ਜ਼ਿਆਦਾ ਹੀ ਹੈ ਲੱਗਦੀਆਂ ਨੇ ਸੂਏ ਕੱਸੀਆਂ ਨੇ ਉਹਨਾਂ ਨੂੰ ਬੰਦ ਕੀਤਾ ਜਾਵੇ ਤਾਂ ਮਾੜੀ ਮੋਟੀ ਬਚਤ ਰਹਿ ਸਕਦੀ ਹੈ ਪਰ ਸਰਕਾਰਾਂ ਵੱਲੋਂ ਕੋਈ ਸਹਿਯੋਗ ਨਹੀਂ ਦੇ ਰਹੇ ਕੋਈ ਮਸ਼ੀਨਰੀ ਨਹੀਂ ਵਾਹੀ ਅਗਰਾ ਹੁਣ ਰੱਬ ਆਸਰੀ ਹੈ ਕੰਮੇ ਹੁਣ ਤਾਂ ਰੱਬ ਆਸਰੀ ਹੈ ਬਾਈ ਬਿਲਕੁਲ ਤਬਾਹੀ ਕਰਤੀ ਬਈ ਸਾਰੇ ਪਿੰਡਾਂ 'ਚ ਪਾਣੀ ਪਹੁੰਚ ਗਿਆ ਘੱਟੋ ਘੱਟ ਲਗਭਗ 15 ਪਿੰਡਾਂ 'ਚ ਪਾਣੀ ਪਹੁੰਚ ਚੁੱਕਿਆ ਜੀ ਪਹਿਲਾਂ ਕਿਹੜੇ ਕਿਹੜੇ ਪਿੰਡਾਂ 'ਚ ਪਹੁੰਚੇ ਇਹ ਲਵੇ ਜਿਵੇਂ ਕੁਲਦਰੀਆਂ ਹੋ ਗਿਆ ਜੀ ਸਧਾਣੀ ਸਧੂਣੀ ਹੋ ਗਿਆ ਸਾਧਨ ਵਾਸਕਣੀ ਜੀ ਸਾਰੇ ਲਗਭਗ ਇੱਧਰ ਬਾਦਲਗੜਕਣੀ ਸਾਰੇ ਖਿੰਡ ਗਿਆ ਪਾਣੀ ਜੀ ਚਾਰ ਚਪੇਰੇ ਅੱਛਾ ਪਹੁੰਚ ਗਿਆ ਉੱਥੇ ਹਾਂਜੀ ਪਹੁੰਚ ਗਿਆ ਜੀ ਪਾਣੀ ਸਾਰੀਆਂ ਫਸਲਾਂ ਮਰ ਗਈਆਂ ਜੀ ਬਹੁਤ ਬੁਰਾ ਹਾਲ ਹੈ ਜੀ ਕਿਸਾਨਾਂ ਦਾ ਜਿਹੜੇ ਲੋਕ ਇੱਥੇ ਕੋਈ ਵੀ ਮਦਦ ਕਰਨ ਆਉਣ ਤਾਂ ਕਿਹੜੀਆਂ ਚੀਜ਼ਾਂ ਦੀ ਜ਼ਿਆਦਾ ਜ਼ਰੂਰਤ ਆ ਕੀ ਲੈ ਕੇ ਆਉਣਾ ਚਾਹੀਦਾ ਲੋਕਾਂ ਨੂੰ ਬੋਰੀਆਂ ਮਿੱਟੀ ਦੀਆਂ ਭਰ ਕੇ ਜਾਂ ਟਰੈਕਟਰ ਬੋਰੀਆਂ ਬਹੁਤ ਲਿਆਂਦੇ ਸੀ ਜੀ ਲਾਈਆਂ ਲੋਕਾਂ ਨੇ ਪਰ ਪ੍ਰਸ਼ਾਸਨ ਅੱਗੇ ਜਾਣ ਨਹੀਂ ਦਿੰਦੀ ਕਿ ਹੁਣ ਪ੍ਰਸ਼ਾਸਨ ਨੇ ਬੰਦ ਕਰਕੇ ਅੱਗੇ ਜਾਣ ਦੀ ਕੋਈ ਲੋੜ ਨਹੀਂ ਹੈਗੀ ਫੌਜ ਦੀ ਲੋੜ ਹੈ ਕਿ ਜਾਲ ਦੀ ਲੋੜ ਹੈ ਜਾਲ ਕਰਕੇ ਬੰਦ ਹੋਊ ਇਹ ਨਾ ਜਾਲ ਨਾਲ ਬੰਦ ਹੋਰ ਫੌਜ ਦੀ ਲੋੜ ਹੈ ਫੌਜ ਦੀ ਵੀ ਲੋੜ ਹੈ ਜੇ ਪੰਜਾਬ ਸਰਕਾਰ ਇੱਥੇ ਗੌਰ ਕਰੇ ਹਾਂ ਗੌਰ ਕਰੇ ਉਰੀਆ ਕੀ ਬਿਲਕੁਲ ਦੋਸਤੋ ਅਸੀਂ ਤਾਂ ਬਹੁਤ ਜ਼ੋਰ ਲਾ ਕੇ ਸਾਥੋਂ ਬੰਦ ਨਹੀਂ ਹੋਇਆ ਬੇ ਅੱਜ ਤੋਂ ਵੱਧ ਛੱਡ ਗਏ ਹਾਂ